ਅਸਲਾਮੁਅਲੈਕੁਮ ਦੋਸਤੋ ਦੋਸਤੋ ਮੇਰੇ ਚੈਨਲ ਟਰੈਕਟਰ ਵਲੌਗ ਤੋਂ ਸਾਰਿਆਂ ਨੂੰ ਸ਼ਾਂਤੀ ਦੋਸਤੋ ਅੱਜ ਅੱਜ ਬਾਈ ਹੋ ਰਹੀ ਹੈ ਫੀਲਡ ਚਾਰ ਸਪੈਸ਼ਲ ਇੰਜਨ 55 ਐਚ ਪੀ ਜਿਹੜਾ ਅਤੇ ਇਹ ਹੈ ਜੀ ਰੂਟਾਵੇਟਰ ਚਲਾ ਰਿਹਾ 48 ਕਟਰ ਦਾ ਰੂਟਾਵੇਟਰ ਹੈ 2016 ਕਿ 17 ਮਾਡਲ ਹੈ ਜਿਹੜੇ ਇਹਨਾਂ ਦਾ ਟਰੈਕਟਰ ਅਤੇ ਇਹ ਜਨਾਬ ਜੀ 3 ਕਿੱਲਿਆਂ ਦਾ ਪਲਾਟ ਹੈ ਉਹਦੇ ਵਿੱਚ ਆ ਰਿਹਾ ਤੁਹਾਨੂੰ ਪਰਫੋਰਮੈਂਸ ਚੈੱਕ ਕਰਨੇ ਆ ਉਹਦੀ ਪਾਵਰ ਸ਼ੋਅ ਵੀ ਤੁਹਾਨੂੰ ਕਹਿੰਦੇ ਹਾਂ ਜੋ ਕੂੰਗੀ ਜ਼ਮੀਨ ਹੈ ਥੋੜ੍ਹੀ ਜਿਹੀ ਗਿੱਲੀ ਪਾਣੀ ਉਹਨਾਂ ਨਾਲ ਜੁੜਿਆ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨੀ ਅਤੇ ਮਜ਼ੀਦ ਜੀ ਵੀਡੀਓ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰਨ ਨਾਲ ਹੀ ਬੈਲ ਦੇ ਆਕਰ ਲਾਜ਼ਮੀ ਪ੍ਰੈਸ ਕਰਨ ਤਾਂ ਕਿ ਤੁਹਾਨੂੰ ਜਿਹੜੀ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਸਾਰਿਆਂ ਨੂੰ ਪਹਿਲੇ ਮਿਲਦੀ ਰਹੇ ਟਰੈਕਟਰ ਥੋੜ੍ਹਾ ਥੋੜ੍ਹਾ ਦੋਵਾਂ ਤਾਂ ਟਰੈਕਟਰ ਨਾਲ ਲੱਗੋ ਹੀ ਹੈ ਇਸ ਜਹਾਜ਼ ਤੋਂ ਅੱਗੇ ਟੱਪਿਆ ਮੈਂ ਉਸ ਵੇਲੇ ਕੈਮਰਾ ਸਿੱਧਾ ਕਰਿਆ ਵੀ ਮੈਂ ਵੀਡੀਓ ਨਹੀਂ ਉਸ ਵੇਲੇ ਬਣਾ ਸਕਿਆ ਅਤੇ ਇੱਥੇ ਹੁਣ ਵੱਧ ਜਿਲ੍ਹੇ ਆਉਂਦਾ ਤਾਂ ਵੱਧ ਮੈਂ ਤੁਹਾਨੂੰ ਕਹਿਣਾ ਇਸ ਜਿੱਦ ਮੋੜ ਵੀ ਜਿਹੜਾ ਇਹਨੂੰ ਬ੍ਰੇਕ ਅਤੇ ਕਟੇਨ ਦਾ ਖਾਲਾ ਤਾਂ ਤੁਹਾਨੂੰ ਪਤਾ ਵਾ ਬ੍ਰੇਕ ਲੈ ਜਾਂਦਾ ਟਰੈਕਟਰ ਔਖਾ ਲਾਜ਼ਮੀ ਆਉਂਦਾ ਬਸ ਸ਼ਹਿਜ਼ਾਦਾ ਆਉਂਦਾ ਪਿਆ ਲੇਕਿਨ ਹੇ ਉੱਕਾ ਦੂਏ ਦੀ ਲਸ ਨਾਲ ਨਾਲ ਦੇ ਰਿਹਾ ਭਾਜੀ ਟਰੈਕਟਰ ਤਰੀਜੇ ਦੋਵੇਂ ਚਾਹੁੰਦਾ ਪਿਆ ਲੇਕਿਨ ਇੱਕ ਗੱਲ ਮੰਨਣੀ ਪੋਸੀ ਟੋਰਾ ਭੂਮਾ ਇਹਨਾਂ ਛੋਟੇ ਟਰੈਕਟਰਾਂ ਦਾ ਜਿਹੜੇ ਛੋਟੇ ਫੇਟ ਹੈ ਇਹਨਾਂ ਜਗਾਜ਼ੀ ਹੋ ਗਿਆ ਵੱਡੇ ਫੇਟ ਨਾਲ ਇਹਨਾਂ ਦਾ ਟੋਰਾ ਢੇਰ ਉੱਤੋਂ ਭਾਵੇਂ ਧੂੰਏ ਦੀ ਲੱਸ ਆਉਂਦੀ ਪਈ ਲੇਕਿਨ ਫਿਰ ਵੀ ਟੋਰਾ ਬੜਾ ਧੂੰਆਂ ਤਾਂ ਖਤਮ ਕਰਦਾ ਹੀ ਨਹੀਂ ਨਾ ਬਾਈ ਜੀ ਦੌੜ ਵੀ ਸਾਂ ਵਾਲੀ ਸਾਈਡ 'ਤੇ ਆਉਂਦੀ ਪਈ ਇਸ ਨਾਲ ਚੰਗਾ ਟਾਈਮ ਨਾਲ ਹਟ ਵਜੀ ਠੀਕ ਹੈ ਜੀ ਦੋਸਤੋ ਵੀਡੀਓ ਅੱਛੀ ਲੱਗੀ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਇਨਸ਼ਾਅੱਲਾ ਅਗਲੀ ਵੀਡੀਓ ਮੁਲਾਕਾਤ ਹੋਸੀ ਅੱਲਾ ਹਾਫਿਜ਼।